ਮੂਸੇ ਵਾਲੇ ਦੀ ਦੂਜੀ ਵਰਸੀ ਦੇ ਵਿੱਚ ਅੱਜ ਉਸਦੀ ਸਮਾਰਕ ਤੇ ਵੱਡੇ ਪੱਧਰ ਤੇ ਪ੍ਰਸ਼ੰਸਕ ਪਹੁੰਚੇ ਆ। ਪਹਿਲਾਂ ਤਸਵੀਰਾਂ ਦਿਖਾਉਣੇ ਆ ਕਿ ਸਿੱਧੂ ਮੂਸੇ ਵਾਲੇ ਦਾ ਜਿਸ ਜਗ੍ਹਾ ਸੰਸਕਾਰ ਕੀਤਾ ਗਿਆ ਸੀ ਉੱਥੇ ਸਮਾਰਕ ਬਣਾਈ ਗਈ ਹੈ। ਸਿੱਧੂ ਮੂਸੇ ਵਾਲੇ ਦੇ ਦੋ ਸਟੈਚੂ ਲੱਗੇ ਆ ਤੇ ਹੇਠਾਂ ਥਾਰ ਗੱਡੀਆਂ ਤੇ 61 ਟਰੈਕਟਰ ਖੜਾ ਕੀਤਾ ਗਿਆ। ਅੱਜ ਬੇਸ਼ੱਕ ਪਰਿਵਾਰ ਵੱਲੋਂ ਇਹ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਛੋਟਾ ਪ੍ਰੋਗਰਾਮ ਹੋਵੇਗਾ, ਪਰ ਸਿੱਧੂ ਦੇ ਫੈਨਸ ਲਗਾਤਾਰ ਇੱਥੇ ਸਮਾਰਕ ਤੇ ਪਹੁੰਚ ਰਿਹਾ, ਦੂਰੋਂ ਦੂਰੋਂ ਆ ਰਿਹਾ। ਲੋਕ ਨੌਜਵਾਨ ਆਏ ਆ ਵੱਡੇ ਪੱਧਰ ਤੇ, ਪੁੱਛਦੇ ਆ ਨੌਜਵਾਨਾਂ ਨੂੰ, ਬਾਈ ਜੀ ਕਿੱਥੋਂ ਆਏ ਹੋ, ਕੀ ਨਾਮ ਹੈ? ਨਾਮ ਅਰਸ਼ਦੀਪ। ਸਿੱਧੂ ਮੂਸੇਵਾਲੇ ਦੀ ਬਰਸੀ ਤੇ ਆਏ ਹੋ, ਕਿਵੇਂ ਦੇਖਦੇ ਹੋ? ਹਜੇ ਤੱਕ ਪਰਿਵਾਰ ਇਨਸਾਫ ਨਹੀਂ ਮਿਲਿਆ ਤੇ ਅੱਜ ਬਰਸੀ? ਇਨਸਾਫ ਮਿਲ ਹੀ ਨਹੀਂ ਰਿਹਾ ਜੀ, ਸਰਕਾਰਾਂ ਉਹ ਕਰ ਰਹੀਆਂ, ਕੋਈ ਵੀ ਕੋਈ ਨਾ ਬੋਲ ਰਿਹਾ ਹੈਗਾ, ਕੋਈ ਕਲਾਕਾਰ ਨਹੀਂ ਕਹਿ ਰਿਹਾ, ਜਿਹੜੇ ਨਾਲ ਰਹਿੰਦੇ ਸੀ ਸਭ ਪਾਸਾ ਵੱਟ ਗਏ ਜੀ। ਅੱਜ ਬਰਸੀ ਤੇ ਆਏ ਹੋ, ਕਿੰਨਾ ਕੁ ਨੌਜਵਾਨ ਹੈ ਜਿਹੜੇ ਇੱਥੇ ਪਹੁੰਚੇ? ਨੌਜਵਾਨ ਬਹੁਤ ਪਹੁੰਚੇ, ਉੱਧਰ ਹਵੇਲੀ ਦੇ ਵਿੱਚ ਹੈਗੇ ਤੇ ਗੁਰਦੁਆਰਾ ਸਾਹਿਬ ਜਿੱਥੇ ਪਾਠ ਕਰਵਾਇਆ ਸੀਗਾ ਜੀ ਉੱਥੇ ਹੈਗੇ। ਅਜੇ ਤਾਂ ਬਹੁਤ ਲੋਕ ਆ ਰਹੇ ਹੈ ਨਾ, ਗਰਮੀ ਬਹੁਤ, ਖੂਨਦਾਨ ਕੈਂਪ ਲਗਾਇਆ? ਹਾਂਜੀ ਹਾਂ, ਖੂਨਦਾਨ ਕੈਂਪ ਲੱਗਿਆ ਹੋਇਆ, ਠੰਡੇ ਪਾਣੀ ਦੀ ਸ਼ਬੀਰ ਲੱਗੀ ਹੋਈ ਹੈ। ਬਿਲਕੁਲ। ਤੁਹਾਡਾ ਕੀ ਨਾਮ ਬਾਈ ਵੀਰ? ਕਿਵੇਂ ਦੇਖਦੇ ਹੋ ਸਿੱਧੂ ਮੂਸੇਵਾਲੇ ਦੀ ਅੱਜ ਦੂਜੀ ਵਰਸੀ ਆ ਗਈ, 2 ਸਾਲ ਹੋ ਗਏ ਤੇ ਅੱਜ ਤੱਕ ਪਰਿਵਾਰ ਇਨਸਾਫ ਵਾਸਤੇ? ਇਨਸਾਫ ਦੀ ਗੱਲ ਆ ਜਿੱਥੋਂ ਤੱਕ ਮੁਸ਼ਕਲ ਆ ਜੀ, ਪਰ ਜਿਹੜੇ ਚਾਹੁਣ ਵਾਲੇ ਨੇ ਉਹਨਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਘੱਟਦੀ ਜਗ੍ਹਾ ਵੱਧਦੀ ਜਾ ਰਹੀ ਹੈ ਜੀ। ਇਨਸਾਫ ਦੀ ਗੱਲ ਹੈ, ਇਨਸਾਫ ਮੁਸ਼ਕਲ ਆ ਜਿੱਦਾਂ ਦਾ ਸਰਕਾਰਾਂ ਦਾ ਚੱਲੀ ਜਾਂਦਾ ਸਿਸਟਮ ਜੀ, ਤੇ ਸਾਨੂੰ ਤਾਂ ਨਹੀਂ ਲੱਗਦਾ ਕੋਈ ਇਨਸਾਫ ਮਿਲੂਗਾ ਜੀ। ਬਿਲਕੁਲ, ਤਸਵੀਰਾਂ ਦਿਖਾ ਰਹੇ ਹਾਂ, ਇਸ ਜਗ੍ਹਾ ਤੇ ਖੂਨਦਾਨ ਕੈਂਪ ਹੈ ਜਿਹੜਾ ਉਹ ਵੀ ਲਗਾਇਆ ਗਿਆ। ਤੁਸੀਂ ਦੇਖਦੇ ਹੋ ਕਿ ਦਸਤਾਰਾਂ ਦਾ ਲੰਗਰ ਵੀ ਇੱਥੇ ਜਿਹੜਾ ਲਾਇਆ ਜਾ ਰਿਹਾ, ਤੇ ਕਈ ਬਹੁਤ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਇੱਥੇ ਪੁੱਜੀਆਂ ਹੋਈਆਂ ਨੇ ਤੇ ਲਗਾਤਾਰ ਨੌਜਵਾਨਾਂ ਨਾਲ ਗੱਲ ਕਰਦੇ ਆ। ਬਾਈ ਜੀ ਦਸਤਾਰ ਲੰਗਰ ਹੈ? ਹਾਂਜੀ ਹਾਂਜੀ। ਕਿਵੇਂ ਆਇਆ ਤੇ ਕਿੰਨੇ ਕੁ ਦਸਤਾਰਾਂ ਜਿਹੜੀਆਂ ਸੀ? ਦਸਤਾਰਾਂ ਹਜੇ ਤਾਂ ਚੱਲ ਹੀ ਰਿਹਾ। ਕਿਹੜੀ ਹੋਰ ਕਿੱਥੋਂ ਆਇਆ, ਕਿਹੜੀ ਸੰਸਥਾ ਵੱਲੋਂ? ਅਸੀਂ ਮਸਤਾਨਾ ਸਾਹਿਬ ਭਾਈ ਕਲੱਬ ਤੋਂ, ਤੇ ਅਸੀਂ ਧੂਮੇ ਧੂਈ ਤੋਂ। ਅੱਛਾ, ਕਿੰਨੇ ਕੁ ਹਜੇ ਸ਼ੁਰੂਆਤ ਹੈ? ਕੀ ਹਜੇ ਤਾਂ ਸ਼ੁਰੂਆਤ ਹੀ ਹੈ ਜੀ। ਹਾਂਜੀ ਬਾਈ ਜੀ, ਇਹ ਜਿਹੜਾ ਆਪਣਾ ਲੱਗਾ ਜੀ ਦਸਤਾਰਾਂ ਦਾ ਜਿਹੜਾ ਲੰਗਰ ਹੈ ਜੀ, ਇਹ ਮਸਤਵਾਣਾ ਸਾਹਿਬ ਦਸਤਾਰ ਕਲੱਬ ਵੱਲੋਂ ਲੱਗਿਆ ਜੀ। ਬਾਈ ਦੀ ਜਿਹੜੀ ਦੂਜੀ ਵਰਸੀ ਸੀ ਉਸ ਮੌਕੇ ਬਾਪੂ ਜੀ ਨੇ ਕਿਹਾ ਸੀਗਾ ਜੀ ਵੀ ਆਪਾਂ ਬੱਚਿਆਂ ਨੂੰ ਜਿਵੇਂ ਬਾਈ ਦੀ ਸੋਚੀ ਦਸਤਾਰਾਂ ਨਾਲ ਜੋੜਨਾ ਜੀ, ਸੋ ਉਹਦੇ ਕਰਕੇ ਉਹਦੇ ਦਸਤਾਰਾਂ ਦਾ ਲਾ ਕੇ ਆਪਾਂ ਨੌਜਵਾਨ ਸੱਤੇ ਬੰਨ ਰਿਹਾ ਤੇ ਉਹਨੂੰ ਦੱਸ ਰਿਹਾ ਵੀ ਅੱਗੇ ਤੋਂ ਲਾਉਣੀ ਨਹੀਂ ਦਸਤਾਰ ਜੀ। ਸੋ ਮਸਤਵਾਣਾ ਸਾਹਿਬ ਵੱਲੋਂ ਉਪਰਾਲਾ ਜੀ, ਆਪਣੇ ਪਿੰਡ ਪਿੰਡ ਨਿਰੰਤਰ ਕੈਂਪ ਚੱਲ ਰਹੇ ਨੇ, ਹਫ਼ਤੇ ਦਾ ਆਪਣਾ ਕੈਂਪ ਹੁੰਦਾ ਹੈਗਾ ਇਹ, ਉਹਦੇ ਵਿੱਚ ਬੱਚਿਆਂ ਨੂੰ ਦਸਤਾਰਾਂ ਸਿਖਾਈਆਂ ਜਾਂਦੀਆਂ। ਸਿੱਧੂ ਮੂਸੇਵਾਲੇ ਨੇ ਦਸਤਾਰ ਨੂੰ ਪੂਰੇ ਵਰਲਡ ਤੱਕ ਪਹੁੰਚਾਇਆ? ਹਾਂ ਜੀ ਹਾਂ, ਉਹਨਾਂ ਕਰਕੇ, ਕਿਉਂਕਿ ਦੇਖੋ ਜੀ ਜਿਹੜਾ ਬੰਦਾ ਆਪ ਦਸਤਾਰ ਨੂੰ ਐਡੀ ਉੱਚੀ ਲੈ ਕੇ ਗਿਆ, ਸੋ ਜਿੰਨੇ ਵੀ ਵੀਰ ਆਉਂਦੇ ਨੇ ਉਰੇ, ਇਸ ਤਾਂ ਇਹੀ ਬੇਨਤੀ ਕਰਦੇ ਵੀ ਜੇ ਤੁਸੀਂ ਉਰੇ ਆਉਣੇ ਹੋ ਤਾਂ ਘੱਟੋ ਘੱਟ ਦਸਤਾਰ ਬੰਨ ਕੇ ਆਓ, ਕਿਉਂਕਿ ਉਹ ਦਸਤਾਰ ਖਾਤਰ ਆਪਦੀ ਜਿਵੇਂ ਕਹਿੰਦੇ ਜਾਣ ਦਿੱਤੀ ਉਹਨੇ। ਸੋ ਸਾਰਿਆਂ ਨੂੰ ਬੇਨਤੀ ਆ ਵੀ ਜਿੰਨੇ ਵੀ ਵੀਰ ਉਰੇ ਆਉਂਦੇ ਨੇਗੇ ਤਾਂ ਦਸਤਾਰ ਬੰਨੋ, ਦਸਤਾਰ ਬੰਨਣ ਲੱਗੋ ਨੌਜਵਾਨਾਂ ਨੂੰ, ਸਾਡੀ ਤਾਂ ਇਹੀ ਬੇਨਤੀ ਹੈ ਜੀ। ਬਿਲਕੁਲ, ਦੇਖੋ ਦਸਤਾਰ ਹੈ ਜਿਹੜੀ ਸਜਾ ਰਹੇ ਹੈ ਤੇ ਲਗਾਤਾਰ ਮਸਤੂਆਣਾ ਸਾਹਿਬ ਤੋਂ ਨੌਜਵਾਨ ਆਏ ਹੈ ਤੇ ਦਸਤਾਰਾਂ ਦਾ ਜਿਹੜਾ ਲੰਗਰ ਹੈ ਉਹ ਵੀ ਲਾਇਆ ਗਿਆ। ਉੱਧਰ ਖੂਨਦਾਨ ਕੈਂਪ ਹੈ ਜਿਹੜਾ ਉਹ ਵੀ ਚੱਲ ਰਿਹਾ, ਨੌਜਵਾਨ ਆਪਣਾ ਨਾਮ ਲਿਖਾ ਰਹੇ ਹੈ ਤੇ ਖੂਨਦਾਨ ਕਰ ਰਹੇ ਹੈ। ਤੁਸੀਂ ਤਸਵੀਰਾਂ 'ਚ ਦੇਖੋ ਕਿ ਕਿਸ ਤਰ੍ਹਾਂ ਨੌਜਵਾਨ ਹੈ ਜਿਹੜੇ ਖੂਨਦਾਨ ਦੇ ਵਿੱਚ ਲੱਗੇ ਹੋਏ ਹੈ ਤੇ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ। ਗੱਲ ਕਰਦੇ ਹਾਂ ਪ੍ਰਬੰਧਕ ਨੇ, ਬਾਈ ਜੀ ਕੀ ਨਾਮ ਹੈ? ਰਣਜੀਤ ਸਿੰਘ ਧੀਰਾ ਜੀ, ਨੌਜਵਾਨ ਸੇਵਾ ਕਲੱਬ ਮਾਨਸਾ। ਧੀਰਾ ਜੀ ਖੂਨਦਾਨ ਕੈਂਪ ਲਾਇਆ ਹੋਇਆ, ਕਿੰਨੇ ਕੁ ਯੂਨਿਟ ਹੈ ਜਿਹੜੇ ਖੂਨ ਦੇ ਇਕੱਠੇ ਹੋਏ, ਕਿੰਨੇ ਕੁ ਨਾਮ? ਅਸੀਂ ਥੋੜ੍ਹਾ ਘੰਟਾ ਕੁ ਹੋਇਆ ਜੀ, ਸਾਡੇ ਕੋਲ 15 ਦੇ ਕਰੀਬ ਹੋ ਗਏ। ਸਾਨੂੰ ਉਮੀਦ ਹੈ 100 ਤੋਂ ਪਲੱਸ ਜਾਣਗੇ। ਪਿਛਲੇ ਵਾਰ ਵੀ ਅਸੀਂ ਕੈਂਪ ਲਾਏ ਵਰਸੀ 'ਤੇ,
ਸੋ ਤੋਂ ਬਹੁਤ ਲੋਕ ਪਿਆਰ ਕਰਦੇ ਸਿੱਧੂ ਨੂੰ। ਕਿੰਨੇ ਕੁ ਨੌਜਵਾਨ ਹੈ ਜਿਹੜੇ ਇੱਥੇ ਆ ਰਹੇ ਹੈ, ਕਿੰਨਾ ਉਤਸ਼ਾਹ ਹੈ? ਬਹੁਤ ਜ਼ਿਆਦਾ ਉਤਸ਼ਾਹ ਜੀ, ਹਰ ਵਾਰ ਵੱਧ ਚੜ੍ਹ ਕੇ ਸੇਵਾਦਾਰ ਪਹੁੰਚਦੇ, ਕਿਉਂਕਿ ਦਿਲ ਦੇ ਵਿੱਚ ਜਿਹੜੀ ਇਨਸਾਫ ਨੂੰ ਲੈ ਕੇ ਭਾਵਨਾ ਹੈ ਉਹ ਵੱਡੀ ਹੈ। ਉਹ ਚਾਹੁੰਦੇ ਨੇ ਵੀ ਇਨਸਾਫ ਮਿਲੇ, ਅਤੇ ਇਨਸਾਫ ਤਾਂ ਮੈਂ ਆਖਿਆ ਵੀ ਇੱਕ ਤਰੀਕ ਆ ਗਈ ਭਰਾਵੋ, ਇਨਸਾਫ ਤਾਂ ਤੁਹਾਡੇ ਹੱਕ 'ਚ ਆ ਸਕਦਾ ਜਿਹੜੀ ਕੋਸ਼ਿਸ਼ ਕਰੋ, ਜੇ ਤੀਲਾ ਤੀਲਾ ਕਰ ਦਿਓਗੇ ਤਾਂ ਆਜੂਗਾ, ਕਰ ਦਿਓ। ਨੌਜਵਾਨ ਜਿਹੜੇ ਖੂਨਦਾਨ ਕਰਕੇ ਆਏ ਆ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਬਾਈ ਜੀ ਆਇਓ, ਖੂਨਦਾਨ ਕੀਤਾ ਸਿੱਧੂ ਮੂਸੇਵਾਲੇ ਦੀ ਦੂਜੀ ਵਰਸੀ 'ਤੇ, ਕੀ ਕਹੋਗੇ? ਇਨਸਾਫ ਮਿਲਣਾ ਚਾਹੀਦਾ ਜੀ, ਇਨਸਾਫ ਹਜੇ ਤੱਕ ਸਰਕਾਰਾਂ ਨੇ ਦਿੱਤਾ, ਇਨਸਾਫ ਮਿਲਣਾ ਚਾਹੀਦਾ। ਚਲੋ ਇੱਥੇ ਦਾ ਰੁਝਾਨ ਹੈਗਾ ਕਿ ਬਲੱਡ ਦਾਨ ਹਰ ਇੱਕ ਕਰ ਰਿਹਾ ਆਪਣੀ ਇੱਛਾ ਅਨੁਸਾਰ। ਕਿੰਨਾ ਉਤਸ਼ਾਹ ਨੌਜਵਾਨ? ਉਤਸ਼ਾਹ ਬਹੁਤ ਹੈ ਜੀ, ਹਰ ਇੱਕ ਨੂੰ। ਗਰਮੀ ਦੇ ਬਾਵਜੂਦ ਕੋਈ ਪ੍ਰਵਾਹ ਨਹੀਂ ਮੰਨਦੇ ਜੀ, ਆਈ ਜਾਂਦੇ ਖੂਨਦਾਨ ਹਰ ਇੱਕ ਕਰ ਰਿਹਾ ਹੈਗਾ, ਬਹੁਤ ਦੂਰੋਂ ਦੂਰੋਂ ਲੋਕ ਗੱਲ ਕਹਿ ਰਹੇ। ਬਾਕੀ ਅਸੀਂ ਤਾਂ ਇੱਥੋਂ ਨਾਲ ਹੀ ਪਿੰਡ ਆ ਸਾਡਾ ਤਾਂ ਪਹਿਲਾਂ ਚਲੋ ਉੱਥੇ ਹੀ ਆਇਆ, ਬਾਕੀ ਬਹੁਤ ਦੂਰੋਂ ਦੂਰੋਂ ਲੋਕ ਆ ਰਹੇ, ਹਰਿਆਣੇ ਤੋਂ ਆ ਰਹੇ, ਦਿੱਲੀ ਤੱਕ ਦੇ ਲੋਕ ਆ ਰਹੇ ਨੇ ਜਿਹਨਾਂ ਨੂੰ ਮਿਲੇ ਆ। ਬਿਲਕੁਲ ਬੇਸ਼ੱਕ, ਪਰਿਵਾਰ ਨੇ ਕਹਿ ਦਿੱਤਾ ਸੀ ਕਿ ਪ੍ਰੋਗਰਾਮ ਛੋਟਾ ਹੋਵੇਗਾ, ਪਰ ਆਪਣੇ ਪੱਧਰ 'ਤੇ ਹੀ ਨੌਜਵਾਨ ਹੈ ਜਿਹੜੇ ਦੂਰ ਦੁਰਾਡੇ ਤੋਂ ਆ ਰਹੇ ਹੈ, ਖੂਨਦਾਨ ਕੈਂਪ ਵੀ ਲੱਗ ਰਿਹਾ ਅਤੇ ਸਮਾਰਕ 'ਤੇ ਲਗਾਤਾਰ ਭਾਰੀ ਗਰਮੀ ਦੇ ਬਾਵਜੂਦ ਨੌਜਵਾਨ ਪਹੁੰਚ ਰਿਹਾ। ਬਲਦੇਵ ਸ਼ਰਮਾ, ਪਿੰਡ ਮੂਸਾ, ਮਾਨਸਾ।